ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ITI ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੇਖਕ ਜਗਤਾਰ ਪੈਂਸ ਦੀ ਕਾਵਿ ਪੁਸਤਕ ਬਦਲਾਂਗੇ ਮੌਸਮ ਦਾ ਲੋਕਾਰਪਣ ਕੀਤਾ ਗਿਆ ਅਤੇ ਪ੍ਰਵਾਸੀ ਲੇਖਿਕਾ ਸੁਖਵੰਤ ਕੌਰ ਦੀ ਵਾਰਤਕ ਪੁਸਤਕ ਰੂਹਾਂ ਦੀਆਂ ਪੈੜਾਂ ਉੱਪਰ ਵਿਚਾਰ ਚਰਚਾ ਵੀ ਕੀਤੀ ਗਈ। ਇਸ ਦੌਰਾਨ ਸਭਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬੀ ਸਾਹਿਤ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਚੰਗਾ ਉਪਰਾਲਾ ਹੈ, ਤਾਂ ਜੋ ਮਾਂ ਬੋਲੀ ਦੇ ਨਵੇਂ ਲੇਖਕਾਂ ਨੂੰ ਕਵਿਤਾਵਾਂ ਅਤੇ ਨਾਵਲਾਂ ਪ੍ਰਤੀ ਹੋਰ ਚੇਤਨ ਕੀਤਾ ਜਾ ਸਕੇ। ਰੂਹਾਂ ਦੀਆਂ ਪੈੜਾਂ ਉੱਪਰ ਗੋਸ਼ਟੀ ਕਰਵਾਈ ਜਾ ਰਹੀ ਹੈ। ਸਤਵੰਤ ਕੌਰ ਭੰਧੇਰ ਪ੍ਰਵਾਸੀ ਲੇਖਕਾਂ ਜੋ ਕਨੇਡਾ ਰਹਿੰਦੇ ਆ, ਉਹਨਾਂ ਦੀ ਇਹ ਪੁਸਤਕ ਹੈ ਰੂਹਾਂ ਦੀਆਂ ਪੈੜਾਂ, ਜੋ ਪਸ਼ੂ ਪੰਛੀਆਂ ਦੀ ਦੁਨੀਆ ਬਾਰੇ ਲਿਖੀ ਹੋਈ ਹੈ ਵਾਰਤਕ ਪੁਸਤਕ। ਇਸ ਉੱਪਰ ਡਾਕਟਰ ਤੇਜਾ ਸਿੰਘ ਤਿਲਕ ਪੇਪਰ ਪੜ੍ਹਨਗੇ ਅਤੇ ਸਾਡੇ ਕਵੀ ਅਤੇ ਕਹਾਣੀਕਾਰ ਜਗਤਾਰ ਬੈਂਸ ਉਹਨਾਂ ਦੀ ਕਾਵਿ ਪੁਸਤਕ ਬਦਲਾਂਗੇ ਮੌਸਮ ਦਾ ਲੋਕਅਰਪਣ ਹੋਵੇਗਾ ਅਤੇ ਜਿਹੜੇ ਕਵੀ ਸੱਜਣ ਆਏ ਹੋਏ ਨੇ ਉਹ ਆਪਣੇ ਗੀਤ ਗਜ਼ਲਾਂ ਪੇਸ਼ ਕਰਨਗੇ। ਇੱਥੇ ਜਿਹੜੇ ਨਵੇਂ ਕਵੀ ਨੇ, ਪੁੰਗਰ ਦੀਆਂ ਕਲਮਾਂ ਨੇ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅੱਜ ਇਹ ਸਭਾ ਵੱਲੋਂ ਸਤਵੰਤ ਕੌਰ ਭੰਧੇਰ ਜੋ ਕਿ ਕੈਨੇਡਾ ਦੇ ਵਸ਼ਿੰਦੇ ਨੇ, ਉਹਨਾਂ ਦੀ ਪੁਸਤਕ ਰੂਹਾਂ ਦੀਆਂ ਪੈੜਾਂ ਉੱਪਰ ਗੋਸ਼ਟੀ ਕਰਵਾਈ ਜਾ ਰਹੀ ਹੈ, ਜਿਸ ਦਾ ਪਰਚਾ ਡਾਕਟਰ ਤੇਜਾ ਸਿੰਘ ਤਿਲਕ ਜੀ ਪੜ੍ਹਨਗੇ ਅਤੇ ਦੂਸਰੀ ਪੁਸਤਕ ਜਿਹਦਾ ਅੱਜ ਲੋਕ ਅਰਪਣ ਕੀਤਾ ਜਾਣਾ ਹੈ ਉਹ ਹੈ ਜਗਤਾਰ ਬੈਂਸ ਦੀ ਲਿਖੀ ਕਾਵਿ ਪੁਸਤਕ ਬਦਲਾਂਗੇ ਮੌਸਮ।